ਤੁਹਾਨੂੰ ਸਭ ਅਤੇ ਸੱਸ ਸਰਕਲ, ਇਹ ਸੱਸਾ ਸਰਕਲ ਨਾਲੋਂ ਵੱਡਾ ਹੁੰਦਾ ਹੈ, ਦੁੱਗਣੇ ਆਕਾਰ ਦਾ ਹੁੰਦਾ ਹੈ। ਸੱਸਾ ਸਰਕਲ ਇੰਨਾ ਕੁ ਹੁੰਦਾ ਨਾ, ਇਹ ਵੱਡਾ। ਇਹ ਕਿਹਦੇ ਕਿਹਦੇ ਨਾਲ, ਇਹਦੀ ਕੀ ਕੀ ਇਹਦੀ ਮਤਲਬ ਖਾਸੀਅਤ ਹੈ, ਜਿਹੜਾ ਸ਼ੁਰੂ ਦੇ ਵਿੱਚ ਲੱਗਦਾ ਹੈ ਸਭ ਅਤੇ ਸੱਸ ਸਰਕਲ। ਸਵੀਟ, ਸਵੀਟ ਵੀ ਵਾ ਇਹ ਸਭ ਆ ਗਿਆ ਨਾ, ਇਹ ਸਭ। ਈਟ ਦੂਸਰਾ, ਜਦੋਂ ਸੱਸਾ, ਸ਼ੱਸ਼ਾ ਅਤੇ ਜ਼ਜ਼ਾ ਇਹ ਤਿੰਨੋਂ ਆ ਜਾਣ, ਇਹ ਇਹਨਾਂ ਦੇ ਨਾਲ ਇਹਨਾਂ ਨੂੰ ਮਿਲਾ ਲਓ, ਸ਼ਸ਼ ਬਣਾ ਲਓ, ਕਿਸੇ ਨੂੰ ਸ਼ਸ਼ ਬਣਾ ਲਓ। ਇਹ ਮੱਧ ਅਤੇ ਅੰਤ ਵਿੱਚ ਹੋਣ, ਤਾਂ ਸ਼ੁਰੂ ਵਿੱਚ ਨਹੀਂ, ਸ਼ੁਰੂ ਵਿੱਚ ਸਿਰਫ ਸਭ ਅਤੇ ਸੱਸ, ਮੱਧ ਅਤੇ ਅੰਤ ਵਿੱਚ ਇਹਨਾਂ ਨੂੰ ਬਣਾਈ ਜਾਓ, ਸੱਸ਼, ਸੱਜ, ਜਸ਼, ਜੱਜ, ਇਹਨਾਂ ਨੂੰ ਬਣਾਈ ਜਾਓ, ਐਸੇ ਅੱਠ ਨੌ ਬਣ ਜਾਣਗੇ। ਤਾਂ ਉਹਨਾਂ ਦੇ ਨਾਲ ਕੀ ਲੱਗਦਾ, ਵੱਡਾ ਸਰਕਲ। ਪਰ ਕਿਹਦੇ ਇਹ ਕਿੱਥੇ ਆਉਣੇ ਚਾਹੀਦੇ, ਮੱਧ ਅਤੇ ਅੰਤ ਵਿੱਚ। ਜਦੋਂ ਦੋ ਸੰਯੁਕਤ ਸ਼ਬਦ ਹੋ ਜਾਣ, ਦੇ ਸੇਵਾ, ਆਹ ਦੇਖੋ ਸੰਯੁਕਤ ਸ਼ਬਦ ਹੋ ਗਏ, ਪਰ ਇਹਦੇ ਵਿੱਚ ਕੀ ਆ ਰਿਹਾ, ਸੱਸ, ਦੇਸ਼ ਸੇਵਾ, ਇਹ ਸੱਸ ਆ ਗਿਆ, ਦੇਸ਼ ਸੇਵਾ। ਜਿਹੜਾ ਇਹਦੇ ਨਾਲ ਕੋਈ ਚੀਜ਼ ਲੱਗਦੀ ਹੈ, ਉਹ ਅਗਲੇ ਅੱਖਰ ਦੇ ਖੱਬੇ ਪਾਸੇ ਜਿਹੜਾ ਜਿਹੜਾ ਵਾਵਲ ਆਏਗਾ ਉੱਥੇ ਉਹੀ ਪਾਉਣਾ, ਜਿਹੜਾ ਵਾਵਲ ਆਏਗਾ, ਜੇ ਐ ਦਾ ਆਇਆ ਐ, ਜੇ ਓ ਦਾ ਆਇਆ ਓ, ਜੇ ਈ ਦਾ ਆਇਆ ਈ। ਚੌਥਾ, ਦੇ ਸੇਵਾ ਆ ਗਈ। ਹੁਣ ਆ ਗਏ ਉਹ ਵਾਕਾਂਸ਼ ਆ ਜਾਣ, ਵਾਕਾਂਸ਼ ਆ ਜਾਣ, ਉਸ ਵਾਰ, ਉਸ ਵਾਰ, ਠੀਕ ਹੈ। ਉਸ ਤਾਂ ਤੁਹਾਨੂੰ ਪਤਾ ਹੀ ਹੈ, ਇਹ ਵਿੱਚ ਹੀ ਆ ਗਿਆ, ਕਿਉਂਕਿ ਸਭ ਆ ਗਿਆ। ਸਵਾਰ ਇਹ ਕਿਵੇਂ, ਇਸ 'ਚ ਇਸ 'ਚ ਉਸ ਨਹੀਂ ਦੇਖਣਾ, ਇਸ 'ਚ ਆਪਾਂ ਸਵਾਰ ਦੇਖਣਾ, ਯਾਨੀ ਕਿ ਲਾਈਨ ਤੋਂ ਉੱਪਰ ਸਵਾਰ ਆ ਦੀ ਆਵਾਜ਼। ਤੁਸੀਂ ਕਹੋਗੇ ਊ ਦੀ ਆਵਾਜ਼ ਕਿੱਥੇ ਰਹੀ ਗਈ? ਬੇਟਾ ਜਦੋਂ ਆਪਾਂ ਲਾਈਨ ਪੂਰੀ ਪੜ੍ਹਦੇ ਹਾਂ ਤਾਂ ਇਹ ਪੜ੍ਹਿਆ ਜਾਂਦਾ ਵੀ ਇਹ ਉਸ ਵਾਰ ਹੈ, ਕਿਉਂਕਿ ਕਈ ਵਾਰੀ ਲਾਈਨ 'ਤੇ ਸਵਾਰ ਦਾ ਮਤਲਬ ਨਹੀਂ ਹੁੰਦਾ, ਤਾਂ ਉਸ ਵਾਰ ਦਾ ਮਤਲਬ ਹੋਏਗਾ, ਠੀਕ ਹੈ। ਜੇ ਜਿੱਥੇ ਸਵਾਰ ਦਾ ਮਤਲਬ ਹੋਏਗਾ ਉੱਥੇ ਸਵਾਰ ਹੈ, ਯਾਨੀ ਕਿ ਦੁੱਗਣਾ ਸਰਕਲ ਪਾਉਣਾ ਹੈ, ਸਵਾਰ। ਫਿਰ ਅੱਗੇ ਆ ਜਾਏਗਾ, ਕਹਿੰਦਾ ਵੈਸੇ ਤਾਂ ਜੇ ਪਿੱਛੇ ਵਾਵਲ ਆ ਜਾਓ ਉਹੀ ਸੇਮ, ਵੈਸੇ ਤਾਂ ਪੂਰਾ ਪੂਰਾ ਪਾਉਣਾ, ਜੇ ਵਾਵਲ ਆ ਜਾਵੇ ਤੁਸੀਂ ਫਟਾਫਟ 'ਚ ਕਰਨਾ ਤਾਂ ਇਸ ਨੂੰ ਘੁਮਾ ਦਿਓ, ਉਹੀ ਚੀਜ਼ ਘੁਮਾ ਤਾ ਤਾਂ ਇਹ ਸ਼ਾਂ ਪੜਿਆ ਜਾਏਗਾ ਅ ਦੀ ਆਵਾਜ਼, ਪਰ ਪਾਇਆ ਜਾਏਗਾ ਆ। ਹੁਣ ਸਹਿ ਲਈ ਵੀ ਵੱਡੇ ਚੱਕਰ ਦੀ ਵਰਤੋਂ ਕੀਤੀ ਜਾਂਦੀ ਹੈ। ਵੈਸੇ ਤਾਂ ਮੈਂ ਤੁਹਾਨੂੰ ਦੱਸਤਾ ਸਭ ਅਤੇ ਸੱਸ, ਇੱਕ ਸਹਿ ਲਈ ਵੀ ਵੱਡੇ ਚੱਕਰ ਦੀ ਵਰਤੋਂ ਕੀਤੀ ਜਾਂਦੀ ਹੈ। ਸਹਿ ਲਈ ਵੱਡੇ ਚੱਕਰ ਦੀ ਵਰਤੋਂ ਦੇਖੋ ਕਿਵੇਂ ਹੁੰਦੀ ਹੈ। ਜੇ ਵਰਡ ਹੈ ਸਹਾਰਾ, ਇਹ ਮੈਂ ਲਾਈਨ ਤੋਂ ਉੱਪਰ ਕਿਉਂ ਪਾਇਆ, ਕਿਉਂਕਿ ਮੈਨੇ ਲਾਈਨ ਤੋਂ ਉੱਪਰ ਇਸ ਲਈ ਪਾਇਆ ਕਿਉਂਕਿ ਮੈਨੇ ਆ ਨੂੰ ਦੇਖਿਆ, ਇਹ ਅ ਨੂੰ ਨਹੀਂ ਦੇਖਿਆ, ਕਿਉਂਕਿ ਇਹ ਤਾਂ ਬਣ ਗਿਆ ਸਭ ਸਹਾਰਾ, ਇਹ ਤਾਂ ਬਣ ਗਿਆ ਸਹਿ ਸਹਾਰਾ। ਹੁਣ ਵੱਡੇ ਚੱਕਰ ਦੀ ਮਨਾਹੀ ਕਿਹਦੇ ਨਾਲ ਹੈ, ਵਾਹਵੇ 'ਤੇ ਹੀ ਹੈ ਇਹਦੇ ਨਾਲ, ਕਿਉਂ ਹੈ ਹੁਣ ਤੁਹਾਨੂੰ ਦੱਸਦੀ ਹਾਂ। ਵਾਵੇ ਅਤੇ ਯਈਏ ਦੇ ਨਾਲ ਇਹਦੀ ਮਨਾਹੀ ਹੈ। ਦੇਖੋ ਯਈਆ ਹੈ, ਜੇ ਇੱਥੇ ਵੱਡਾ ਸਰਕਲ ਪਾ ਦਾਂਗੀ ਤਾਂ ਤੁਹਾਡੇ ਤੋਂ ਹਾਹਾ ਪੜਿਆ ਜਾਏਗਾ, ਜੇ ਇੱਥੇ ਵੱਡਾ ਸਰਕਲ ਪਾ ਦਾਂਗੀ ਤਾਂ ਤੁਹਾਡੇ ਤੋਂ ਕੀ ਪੜਿਆ ਜਾਏਗਾ, ਇਹ ਕੁਛ ਹੋਰ ਹੀ, ਜਿਵੇਂ ਸਭ ਸਭ ਪੜਿਆ ਜਾਏਗਾ। ਵਾਵਾ ਇਸ 'ਚ ਕਿੱਥੇ ਗਿਆ, ਜੇ ਮੰਨ ਲਓ ਵਰਡ ਹੈ ਸਵਵ ਤਾਂ ਇਹ ਤਾਂ ਪਾ ਦੋਗੇ, ਪਰ ਵਾਵਾ ਕਿੱਥੇ ਗਿਆ, ਵਾਵਾ ਐਂ ਥੋੜ੍ਹਾ ਪਾਓਗੇ, ਨਹੀਂ। ਵਾਵੇ ਅਤੇ ਯਈਏ ਦੇ ਨਾਲ ਇਸਦੀ ਮਨਾਹੀ ਹੈ। ਜੇ ਵਰਡ ਹੈ ਸਵਈਆ, ਸਵਈਆ, ਠੀਕ ਹੈ, ਯਈਏ ਦੇ ਨਾਲ, ਵਾਵੇ ਅਤੇ ਯਈਏ ਦੇ ਨਾਲ ਆਪਾਂ ਨੇ ਇਸਨੂੰ ਸਭ ਸਰਕਲ ਨਹੀਂ ਪਾਉਣਾ, ਸੱਸਾ ਸਰਕਲ ਪਾ ਕੇ ਵਾਵਾ ਪਾਉਣਾ ਹੈ, ਠੀਕ ਹੈ ਜੀ। ਜਦੋਂ ਇਹਨਾਂ ਦੇ ਵਿੱਚ ਘਾੜ ਸਵਾਰ ਆ ਜਾਵੇ, ਜੇ ਵਰਡ ਹੈ ਇਹਨਾਂ ਦੇ ਵਿੱਚ ਘਾੜ ਸਵਾਰ ਆ ਜਾਵੇ, ਸੀਸ, ਸੀਸ ਆ ਵਿੱਚ ਘਾੜ ਸਵਾਰ ਆ ਗਿਆ, ਤਾਂ ਆਪਾਂ ਨੇ ਸਭ ਸਰਕਲ ਜਾਂ ਸੱਸ ਸਰਕਲ ਨਹੀਂ ਪਾਉਣਾ। ਮਨਾਹੀ ਦੋ ਹੀ ਹੈ, ਵਾਵੇ ਅਤੇ ਯਈਏ ਦੇ ਨਾਲ ਨਹੀਂ ਯੂਜ਼ ਹੋਣਾ, ਅਤੇ ਜੇ ਦੋਨਾਂ ਦੇ ਵਿੱਚ ਘਾੜ ਸਵਾਰ ਆ ਜਾਵੇ ਤਾਂ ਨਹੀਂ ਹੋਣਾ। ਅੱਜ ਮੈਂ ਤੁਹਾਨੂੰ ਕਰਾਇਆ ਸਭ ਅਤੇ ਸੱਸ ਸਰਕਲ।